ਲੁਧਿਆਣਾ ਦੇ ਨੇੜਲੇ ਪਿੰਡ ਕੋਟ ਸੇਖੂ ਚ ਇੱਕ ਔਰਤ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਹੋਣ ਦਾ ਮਾਮਲਾ ਸਾਹਮਣੇ ਆਇਆ। ਦੱਸਦੀ ਕਿ ਔਰਤ ਦੀ ਲਾਸ਼ ਦੇ ਕੋਲ ਹਥਿਆਰ ਵੀ ਬਰਾਮਦ ਹੋਇਆ ਹੈ ਤੇ ਇੱਕ ਥੈਲੇ ਚ ਔਰਤ ਦੇ ਕੱਪੜੇ ਵੀ ਪਏ ਹੋਏ ਸਨ। ਔਰਤ ਦਾ ਕਤਲ ਇੰਨੀ ਬੇਰਹਿਮੀ ਨਾਲ ਕੀਤਾ ਗਿਆ ਹੈ ਕਿ ਉਸ ਦਾ ਸਿਰ ਸਰੀਰ ਤੋਂ ਅਲੱਗ ਹੋਇਆ ਪਿਆ ਸੀ ਅਤੇ ਇੱਕ ਬਾਹ ਵੀ ਵੱਡੀ ਹੋਈ ਸੀ। ਇਸ ਸੰਬੰਧੀ ਮ੍ਰਿਤਕ ਦੇ ਦਿਓਰ ਨੇ ਦੱਸਿਆ ਕਿ ਉਸ ਦੀ ਭਾਬੀ 13 ਤਰੀਕ ਤੋਂ ਲਾਪਤਾ ਸੀ ਅਤੇ ਉਹਨਾਂ ਨੂੰ ਪਿੰਡ ਦੇ ਹੀ ਇੱਕ ਬੰਦੇ ਸੁਖਵਿੰਦਰ ਸਿੰਘ ਤੇ ਸ਼ੱਕ ਹੈ ਜੋ ਕਿ ਚਰਨਜੀਤ ਕੌਰ ਨੂੰ ਆਪਣੇ ਨਾਲ ਲੈ ਗਿਆ ਸੀ, ਜਿਸ ਤੋਂ ਬਾਅਦ ਉਸ ਦੀ ਭਰਜਾਈ ਦੀ ਲਾਸ਼ ਪਿੰਡ ਵਿੱਚੋਂ ਹੀ ਬਰਾਮਦ ਹੋਈ ਹੈ। ਗੱਲਬਾਤ ਐ ਸੀਗੀ ਜੀ, ਇਹ ਜਿਹੜਾ ਸੁਖਵਿੰਦਰ ਸਿੰਘ ਸੀਗਾ ਇਹ ਤਾਂ ਮੇਰੇ ਭਾਈ ਦੇ ਘਰ ਆਉਣਾ ਜਾਣਾ ਸੀ ਤੇ 13 ਤਰੀਕ ਦੀ ਸ਼ਾਮ ਨੂੰ ਇਹ ਸਾਡੇ ਘਰੇ ਆਇਆ। ਇਹ ਜਦੋਂ ਘਰੇ ਆਇਆ, ਘਰੇ ਪਤਾ ਨਹੀਂ ਇਹਨੇ ਕੀ ਗੱਲ ਕਰੀ ਕੀ ਨਹੀਂ ਕਰੀ। 10 ਮਿੰਟ ਬਾਅਦ ਭਰਜਾਈ ਮੇਰੀ ਕਹਿੰਦੀ ਮੈਂ ਗੁਰਦੁਆਰੇ ਚੱਲੀ ਹਾਂ, ਮਤਲਬ ਆਊਟ ਹੋ ਗਈ ਘਰ ਤੋਂ। ਜਦੋਂ ਅਸੀਂ ਫਿਰ ਅੱਧਾ ਘੰਟਾ ਨਾ ਆਈ, ਅਸੀਂ ਭਾਲ ਕਰੀ ਉਹਦੀ ਤਾਂ ਸਾਨੂੰ ਕਿਤੇ ਨਹੀਂ ਮਿਲੀ। ਅਤੇ ਫਿਰ ਦੂਏ ਅਸੀਂ ਸਾਰੀ ਰਾਤ ਲੱਭਦੇ ਰਹੇ ਅਤੇ ਦੂਸਰੇ ਦਿਨ ਫਿਰ ਇਹ ਬੰਦਾ ਸਾਡੇ ਨਾਲ ਹੀ ਰਿਹਾ। ਅਸੀਂ ਇਹਨੂੰ ਸਾਨੂੰ ਕਿਹਾ ਵੀ ਭਾਈ ਦੱਸ ਜੇ ਤੇਰਾ ਹੱਥਾਂ ਵਿੱਚ ਵੀ ਕੀ ਚੱਕਰ ਆ ਕੀ ਨਹੀਂ। ਇਹ ਕਹਿੰਦਾ ਵੀ ਮੈਨੂੰ ਕੁਛ ਨਹੀਂ ਪਤਾ। ਅਤੇ ਅਸੀਂ ਉਹਨੂੰ ਚੌਂਕੀ ਲੈ ਗਏ, ਚੌਂਕੀ ਇਨਫੋਰਮੇਸ਼ਨ ਦੇ ਤੀ। ਅਸੀਂ ਜਦੋਂ ਚੌਂਕੀ ਇਨਫੋਰਮੇਸ਼ਨ ਦੇ ਤੀ, ਚੌਂਕੀ ਵਾਲੇ ਕਹਿੰਦੇ ਵੀ ਤੁਸੀਂ ਕੱਲ੍ਹ ਆਇਓ, ਵੀ ਇਹ ਥਾਣੇ ਦਾ ਕੰਮ ਆ, ਇੱਥੇ ਸਦਰ ਥਾਣੇ 'ਚ ਹੋਊਗਾ ਕੰਮ ਤੁਹਾਡਾ। ਅਤੇ ਅਸੀਂ ਦੂਸਰੇ ਦਿਨ ਸਦਰ ਥਾਣੇ ਗਏ 15 ਤਰੀਕ ਨੂੰ। ਜਦੋਂ 15 ਤਰੀਕ ਨੂੰ ਗਏ, ਉਹਨਾਂ ਨੇ ਇਹ ਗੱਲ ਪੁੱਛੀ, ਕਹਿੰਦੇ ਵੀ ਇਹਦੇ ਚਰਨਜੀਤ ਕੌਰ ਦੇ ਪੇਕੇ ਪਰਿਵਾਰ ਦੇ ਮੈਂਬਰ ਲੈ ਕੇ ਆਇਓ। ਅਤੇ ਉਸ ਤੋਂ ਬਾਅਦ 5-6 ਫੋਟੋਆਂ ਲੈ ਕੇ ਆਇਓ ਵੱਡੀਆਂ ਕਰਾ ਕੇ, ਅਤੇ ਫਿਰ ਅਸੀਂ ਕਾਰਵਾਈ ਅਮਲ 'ਚ ਲਿਆਵਾਂਗੇ। ਅਤੇ ਉਸ ਇਹਦਾ ਭਰਾ ਇਹਨਾਂ ਨੂੰ ਲੱਭਣ ਗਿਆ ਹੋਇਆ ਸੀ ਵੀ ਕਿਤੇ ਮਾਤਾ ਦੇ ਵੀ ਜਾਂਦੇ ਰਹਿੰਦੇ ਸੀ ਵੀ ਕਿਤੇ ਉੱਧਰ ਨਾ ਚਲੀ ਗਈ ਹੋਵੇ। ਅਤੇ ਇਹਦਾ ਭਰਾ ਫਿਰ ਕੱਲ੍ਹ ਸ਼ਾਮ ਆਇਆ, ਅੱਜ ਅਸੀਂ ਜਾਣਾ ਸੀ। ਅੱਜ ਸਾਨੂੰ ਸਵੇਰੇ ਸੁਖਵਿੰਦਰ ਸਿੰਘ ਦੇ ਭਰਾ ਨੇ ਮੈਨੂੰ ਫੋਨ ਕਰਿਆ ਵੀ ਮੜੀਆਂ 'ਚ ਜਾ ਕੇ ਦੇਖੋ, ਉੱਥੇ ਡੈੱਡ ਬੋਡੀ ਪਈ ਹੈ। ਅਸੀਂ ਆ ਕੇ ਹਾਲਾਤਾਂ ਦੇ ਵਿੱਚ ਸੀਗੀ, ਇਹ ਜਦੋਂ ਅਸੀਂ ਆ ਕੇ ਦੇਖਿਆ, ਇਹਦਾ ਗਰਦਨ ਗਲੀ ਪਈ ਸੀ, ਬਾਂਹ ਕੱਟੀ ਪਈ ਸੀ ਅਤੇ ਖੋਪੜੀ ਉੱਤਰੀ ਲੈ ਹੋਈ ਸੀ। ਉਸ ਤੋਂ ਬਾਅਦ ਇਹਦੇ ਨਾਲ ਇੱਕ ਥੈਲਾ ਪਿਆ ਸੀ, ਥੈਲੇ ਦੇ ਵਿੱਚ ਇਹਦੇ ਕੱਪੜੇ ਉਤਾਰ ਕੇ ਰੱਖੇ ਸੀ ਅਤੇ ਇੱਕ ਸ਼ਸਤਰ ਰੱਖਿਆ। ਉੱਧਰ ਇਸ ਮਾਮਲੇ ਬਾਰੇ DSP ਹਰਦੀਪ ਸਿੰਘ ਚੀਮਾ ਨੇ ਦੱਸਿਆ ਕਿ ਹਰ ਪਹਿਲੂ ਤੇ ਇਸ ਮਾਮਲੇ ਤੇ ਜਾਂਚ ਕੀਤੀ ਜਾ ਰਹੀ ਹੈ ਅਤੇ ਜੋ ਵੀ ਕਾਤਲ ਹੋਇਆ ਉਸ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ। ਜੀਤ ਕੌਰ ਲੇਡੀ ਸੀ, 45 ਸਾਲ ਦੀ ਏਜ ਸੀ, ਇਹ ਮਿਸਿੰਗ ਸੀ 13 ਤਰੀਕ ਤੋਂ। ਸ਼ਾਮ ਨੂੰ ਗੁਰਦੁਆਰਾ ਸਾਹਿਬ ਜਾਣ ਦਾ ਕਹਿ ਕੇ ਘਰੇ ਚਲੀ ਗਈ 7:30 ਵਜੇ। ਉਸ ਤੋਂ ਬਾਅਦ ਇਹ ਵਾਪਸ ਨਹੀਂ ਆਈ, ਇਹ ਲੱਭ ਰਹੇ ਸੀ। ਉਦੋਂ ਬਾਅਦ ਅੱਗੇ ਵੀ 1-2 ਵਾਰੀ ਇਹਨਾਂ ਦੇ ਕਹਿਣ ਮੁਤਾਬਕ ਕਈ ਧਾਰਮਿਕ ਸਥਾਨਾਂ 'ਤੇ ਚਲੀ ਜਾਂਦੀ ਸੀ, ਜਿਹਦੇ ਕਰਕੇ ਇਹਨਾਂ ਨੇ ਉਹਨਾਂ ਗੌਲਿਆ ਨਹੀਂ। ਬਾਅਦ ਦੇ ਵਿੱਚ ਇਹਨਾਂ ਨੇ ਤਲਾਸ਼ ਕੀਤੀ, ਉਹਦੀ ਨੇੜੇ ਤੇੜੇ ਨਹੀਂ ਮਿਲੀ। ਇਸ ਦੌਰਾਨ ਅੱਜ ਇਹਨਾਂ ਨੂੰ ਪਤਾ ਲੱਗਿਆ ਵੀ ਉਹ ਜਿਹੜੀ ਉਹਦੀ ਇੱਕ ਡੈੱਡ ਬੋਡੀ ਇੱਥੇ ਸ਼ਮਸ਼ਾਨ ਘਾਟ ਦੇ ਪਿੰਡ ਦੇ ਵਿੱਚ ਪਈ ਹੈ, ਡੀਕੰਪੋਜ਼ਡ ਹੋਈ ਹੈ ਬੋਡੀ। ਉਹਦੇ ਜਦੋਂ ਇਹਨਾਂ ਨੇ ਆ ਕੇ ਚੈੱਕ ਕੀਤੀ ਤਾਂ ਉਹਦੀ ਸ਼ਨਾਖਤ ਜਿਹੜਾ ਚਰਨਜੀਤ ਕੌਰ ਦੇ ਨਾਮ ਦੀ ਹੋਈ ਹੈ। ਇਹਨਾਂ ਨੇ ਪਹਿਲਾਂ 2-3 ਦਿਨ ਤਾਂ ਆਪਣੇ ਲੈਵਲ 'ਤੇ ਲੱਭਦੇ ਰਹੇ ਨੇ, ਉਸ ਤੋਂ ਬਾਅਦ ਇਹਨਾਂ ਨੇ ਅਪਰੋਚ ਕੀਤਾ ਸੀ, ਗਏ ਆ। ਉਸ ਤੋਂ ਬਾਅਦ ਇਹਨਾਂ ਨੇ ਜਿੱਦਾਂ ਅੱਗੇ ਚਲੀ ਜਾਂਦੀ ਧਾਰਮਿਕ ਸਥਾਨਾਂ 'ਤੇ ਇਹਨਾਂ ਦੇ ਕਹਿਣ ਮੁਤਾਬਕ ਆਪਣੇ ਤੌਰ 'ਤੇ ਭਾਲ ਕਰਦੇ ਰਹੇ ਆ ਰਿਸ਼ਤੇਦਾਰਾਂ ਵਾਕਫੀਆਂ 'ਚ। ਸਰ, ਜਿਵੇਂ ਕਿ ਇਹਨਾਂ ਦਾ ਕਹਿਣਾ ਵੀ ਇਹਦਾ ਮਰਡਰ ਕੀਤਾ ਸਾਡੇ ਘਰੇ ਕੋਈ ਆਉਂਦਾ ਸੀ, ਕੀ ਉਹਦਾ ਵੀ ਕੁਛ ਹੋਇਆ ਜੀ ਪਤਾ ਲੱਗਿਆ? ਅਜੇ ਇਹ ਮੁੱਢਲੀ ਸਟੇਜ 'ਤੇ ਆ, ਪਰ ਉਹ ਵੀ ਪੱਖ ਵਿਚਾਰਿਆ ਜਾਊਗਾ। ਇਹ ਸ਼ੱਕ ਕਰਦੇ ਆ ਕਿਸੇ ਦੇ ਆਉਣ ਬਾਰੇ, ਅਤੇ ਇਹ ਵੀ ਕਲੀਅਰ ਹੈ ਵੀ ਇਹ ਮਰਡਰ। ਖੰਨਾ ਤੋਂ ਸੰਜੇ ਸੈਣੀ ਦੀ ਰਿਪੋਰਟ। All World Open Challenge 17 time gold medalist Mia Rafiq Mohammed Pandit Maulvi Begum Tantrik inna chora thagga to savdan specialist Vashikaran satta number love marriage pati patni ch anban videsh ch pakka hona karobar da na chalna sirf 31 ghantiyan vich samadhan free Mia Rafiq Mohammed mobile 84374 94647 84374 94648।
पंडित राधे शर्मा चमत्कार होंदे वेखो अपनी अखां दे सामने 24 घंटे विच पाओ हर परेशानी दा हल मुसलमानी रूहानी ते काले इलम दे बादशाह मेरे कीते नूं मेरे तो इलावा कोई कट नहीं सकदा मोड़ी वशीकरण करवाओ मनचाह प्यार पाओ लव मैरिज सौतन दुश्मन तो छुटकारा तलाक केस जमीनी झगड़ा नौकरी कारोबार च रुकावट विदेश यात्रा लॉटरी तो तुहानूं मिलेगा जां नहीं सच्चाई जानो लॉटरी नंबर पाओ 649 होवे जां लोटो मैक्स तुहाडी हर गल 100% गुप्त रखी जाएगी प्यार विच धोखा खाए प्रेमी प्रेमिका एक बार जरूर मिलो मैं तुहाडा प्यार टुटन नहीं देवांगा मोबाइल 98 788 0 45 88 588 38 617 देश दुनिया की हर वड्डी खबर के लिए हुणे डाउनलोड करो नंबर 1 न्यूज़ ऐप दैनिक सवेरा टाइम्स।